ਚੱਲ ਰਿਹਾ ਹੈ ਤੇ ਇਸ ਸੀਜ਼ਨ ਦੇ ਵਿੱਚ ਨੱਚਣ ਟੱਪਣ ਵਾਲੇ ਸੌਂਗਸ ਤਾਂ ਸਾਨੂੰ ਹਰ ਕਿਤੇ ਇੰਜੋਏ ਕਰਨ ਨੂੰ ਮਿਲਦੇ ਨੇ ਤੇ ਉੱਥੇ ਹੀ ਇੱਕ ਸੌਂਗ ਦਾ ਜਾਨਰ ਇਹੋ ਜਿਹਾ ਹੈ ਜਿਸ ਨੂੰ ਕਿਸੇ ਵੀ ਸਪੈਸੀਫਿਕ ਓਕੇਜ਼ਨ ਦੀ ਲੋੜ ਨਹੀਂ ਪੈਂਦੀ ਤੇ ਹਮੇਸ਼ਾ ਉਹ ਜਾਨਰ ਐਵਰਗ੍ਰੀਨ ਰਹਿੰਦਾ ਹੈ ਤੇ ਉਹ ਜਾਨਰ ਹੈ ਸੋਲਫੁਲ ਸੈਡ ਸੌਂਗਸ ਦਾ ਤੇ ਜੇ ਉਹ ਸੋਲਫੁਲ ਟਰੈਕ ਕਿਸੇ ਮੈਲੋਡੀਅਸ ਸਿੰਗਰ ਵੱਲੋਂ ਗਾਇਆ ਹੋਵੇ ਤਾਂ ਉਹ ਤਾਂ ਮੰਨੋ ਜਿਵੇਂ ਸਾਡੇ ਲਈ ਸੋਨੇ ਤੇ ਸੁਹਾਗਾ ਵਾਲੀ ਹੀ ਗੱਲ ਹੁੰਦੀ ਹੈ। ਅੱਜ ਮੈਂ ਅਜਿਹੇ ਮੈਲੋਡੀਅਸ ਟਰੈਕ ਦੀ ਗੱਲ ਕਰਨ ਜਾ ਰਹੀ ਹਾਂ ਜੋ ਇਸ ਵੈਡਿੰਗ ਸੀਜ਼ਨ ਦੇ ਵਿੱਚ ਰਿਲੀਜ਼ ਹੋਇਆ ਹੈ ਜਿਸ ਨੂੰ ਆਵਾਜ਼ ਦਿੱਤੀ ਹੈ ਬੀਪ੍ਰਾਕ ਨੇ ਤੇ ਉਸ ਸੌਂਗ ਦਾ ਟਾਈਟਲ ਹੈ ਕੋਈ ਆਏ ਨਾ ਰੱਬਾ। ਬੀਪ੍ਰਾਕ ਦਾ ਇਹ ਸੋਲਫੁਲ ਟਰੈਕ ਕੋਈ ਆਏ ਨਾ ਰੱਬਾ ਅਪਕਮਿੰਗ ਪੰਜਾਬੀ ਮੂਵੀ ਡਾਕਾ ਦਾ ਸੌਂਗ ਹੈ ਜਿਸ ਦੇ ਵਿੱਚ ਗਿੱਪੀ ਗਰੇਵਾਲ ਤੇ ਜ਼ਰੀਨ ਖਾਨ ਸਾਨੂੰ ਨਜ਼ਰ ਆਉਣਗੇ। ਇਸ ਸੌਂਗ ਦੇ ਨਾਲ ਜੁੜੀ ਹੋਰ ਵੀ ਡਿਟੇਲਸ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਚੈੱਕ ਕਰੋ ਇਸ ਸੌਂਗ ਦੇ ਕੁਝ ਸਕ੍ਰੀਨਸ਼ਾਟਸ। ਸੌਂਗ ਦੇ ਵਿੱਚ ਦਰਸਾਏ ਗਏ ਇੱਕ ਇੱਕ ਸੀਨ ਨੂੰ ਪੂਰੀ ਤਰ੍ਹਾਂ ਤੋਂ ਜਸਟੀਫਾਈ ਕਰ ਰਿਹਾ ਹੈ ਤੇ ਉੱਥੇ ਹੀ ਇਸ ਸੌਂਗ ਦੇ ਵਿੱਚ ਗਿੱਪੀ ਗਰੇਵਾਲ ਤੇ ਜ਼ਰੀਨ ਖਾਨ ਦੇ ਦਰਮਿਆਂ ਪਏ ਵਿਛੋੜੇ ਤੇ ਦੂਰੀਆਂ ਨੂੰ ਦਰਸਾ ਰਿਹਾ ਹੈ। ਇਸ ਗੱਲ ਦੇ ਵਿੱਚ ਤਾਂ ਕੋਈ ਵੀ ਸ਼ੱਕ ਨਹੀਂ ਹੈ ਕਿ ਆਪਣੇ ਇਸ ਸੌਂਗ ਕੋਈ ਆਏ ਨਾ ਰੱਬਾ ਦੇ ਨਾਲ ਬੀਪ੍ਰਾਕ ਨੇ ਇੱਕ ਵਾਰ ਫਿਰ ਸਾਡੀ ਰੂਹਾਂ ਨੂੰ ਛੂ ਲਿਆ ਹੈ। ਗੱਲ ਕਰੀਏ ਇਸ ਸੌਂਗ ਦੀ ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਹ ਸੌਂਗ ਬਾਲੀਵੁੱਡ ਮੂਵੀ ਮੁਸਾਫਿਰ ਦਾ ਸੌਂਗ ਜ਼ਿੰਦਗੀ ਮੈਂ ਕਭੀ ਕੋਈ ਆਏ ਨਾ ਦਾ ਰੀਮੇਕ ਹੈ ਜਿਸ ਨੂੰ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੀਪ੍ਰਾਕ ਨੇ ਆਪਣੀ ਆਵਾਜ਼ ਦੇ ਵਿੱਚ ਪੇਸ਼ ਕੀਤਾ ਹੈ। ਸੌਂਗ ਦੇ ਲਿਰਿਕਸ ਕੁਮਾਰ ਵੱਲੋਂ ਲਿਖੇ ਗਏ ਨੇ ਤੇ ਉੱਥੇ ਹੀ ਸੌਂਗ ਦਾ ਮਿਊਜ਼ਿਕ ਰੌਚਕ ਕੋਹਲੀ ਵੱਲੋਂ ਕੰਪੋਜ਼ ਕੀਤਾ ਗਿਆ ਹੈ। ਬੀਪ੍ਰਾਕ ਦਾ ਸੌਂਗ ਕੋਈ ਆਏ ਨਾ ਰੱਬਾ ਮੂਵੀ ਡਾਕਾ ਦਾ ਸੈਕਿੰਡ ਸੌਂਗ ਹੈ ਤੇ ਇਸ ਤੋਂ ਪਹਿਲਾਂ ਅਸੀਂ ਇਸ ਮੂਵੀ ਦਾ ਪਹਿਲਾ ਸੌਂਗ ਫੁਲਕਾਰੀ ਕਾਫੀ ਇੰਜੋਏ ਕਰ ਚੁੱਕੇ ਹਾਂ ਜੋ ਕਿ ਗਿੱਪੀ ਗਰੇਵਾਲ ਦਾ ਹੀ ਰੀਕ੍ਰੀਏਟਿਡ ਸੌਂਗ ਹੈ ਜਿਸ ਨੇ ਸਾਨੂੰ ਨੱਚਣ ਟੱਪਣ ਤੇ ਮਜਬੂਰ ਕਰ ਦਿੱਤਾ ਸੀ। ਗਿੱਪੀ ਗਰੇਵਾਲ ਤੇ ਜ਼ਰੀਨ ਖਾਨ ਦੀ ਆਉਣ ਵਾਲੀ ਮੂਵੀ ਡਾਕਾ 1 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਤੇ ਤੁਸੀਂ ਕਿੰਨੇ ਐਕਸਾਈਟਿਡ ਹੋ ਇਸ ਮੂਵੀ ਦੇ ਲਈ ਤੇ ਤੁਹਾਨੂੰ ਇਸ ਮੂਵੀ ਦਾ ਸੌਂਗ ਕੋਈ ਆਏ ਨਾ ਰੱਬਾ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ। ਬਾਲੀਵੁੱਡ ਅਤੇ ਬਾਲੀਵੁੱਡ ਦੀ ਇੰਟਰਸਟਿੰਗ ਅਪਡੇਟਸ ਨਾਲ ਜੁੜੇ ਰਹਿਣ ਲਈ ਸਾਡੇ ਯੂਟਿਊਬ ਚੈਨਲ gabru.com ਨੂੰ ਸਬਸਕ੍ਰਾਈਬ ਕਰੋ ਤੇ ਥੱਲੇ ਦਿੱਤੇ ਬੈਲ ਆਈਕਨ ਨੂੰ ਨੋਟੀਫਿਕੇਸ਼ਨ ਦੇ ਲਈ ਜ਼ਰੂਰ ਪ੍ਰੈਸ ਕਰੋ। ਬਹੁਤ ਇੰਪੋਰਟੈਂਟ ਸੂਚਨਾ ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਬਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗੱਬਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰ